7 ਲੱਖ ਡਾਲਰ ਇਹਦਾ ਹੈਗਾ ਰੇਟ, ਅਤੇ ਕਿਸ਼ਤ ਕਿੰਨੀ ਆ ਬਾਈ ਨਾਲ ਕਰਦੇ ਹਾਂ ਗੱਲਬਾਤ, ਕਿਹੋ ਜਿਹੇ ਬੈਡਰੂਮ ਨੇ, ਕਿਵੇਂ ਆ, ਹੈ ਨਾ, ਅਤੇ ਆਪਾਂ ਚੱਲਦੇ ਹਾਂ ਅੰਦਰ ਜੀ। ਸੋ ਇਹ ਬੇਸਮੈਂਟ 'ਚ ਉਤਰੇ ਹਾਂ ਜੀ, ਕੀ ਆ ਗਈ ਰਸੋਈ 'ਚ ਖੁੱਲ੍ਹੀ, ਰਸੋਈ ਖੁੱਲ੍ਹੀ ਡੁੱਲੀ, ਆਹ ਸਟੋਰੇਜ ਵਗੈਰਾ, ਆਹ ਬਸ ਰਾ ਬਾਈ ਬਹੁਤ ਸੋਹਣਾ, ਇੰਨਾ ਖੁੱਲ੍ਹਾ ਜੜ ਬਣਿਆ ਬਾਈ ਦਾ, ਖੇਡਣ ਖੁੱਡਣ ਨੂੰ, ਜਵਾਕਾਂ ਦੇ ਬੈਠਣ ਨੂੰ ਆਪਣੇ, ਹੈ ਨਾ। ਮੌਸਮ ਦੇਖੋ, ਹਵਾ ਇੰਨੀ ਕੁ ਚੱਲਦੀ ਹੈ ਇੱਥੇ, ਟੈਂਪਰੇਚਰ ਹੈਗਾ 10 ਕੁ ਟੈਂਪਰੇਚਰ, ਵਧੀਆ ਮਿੱਠਾ ਮਿੱਠਾ ਜਿਹਾ ਮੌਸਮ ਆ। ਲਓ ਵੀ ਪਿੰਡੂ ਕੈਨੇਡੀਅਨ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕੈਲਗਰੀ ਹੈਗੇ ਹਾਂ ਅਤੇ ਘਰ ਦਾ ਕਰਦੇ ਹਾਂ ਆਪਾਂ ਟੂਰ, ਅਤੇ ਹੈਗਾ 5 ਬੈਡਰੂਮ ਹਾਊਸ, 7.25 ਲੱਖ ਡਾਲਰ ਇਹਦਾ ਹੈਗਾ ਰੇਟ, ਅਤੇ ਕਿਸ਼ਤ ਕਿੰਨੀ ਆ ਬਾਈ ਨਾਲ ਕਰਦੇ ਹਾਂ ਗੱਲਬਾਤ, ਕਿਹੋ ਜਿਹੇ ਬੈਡਰੂਮ ਨੇ, ਕਿਵੇਂ ਆ, ਹੈ ਨਾ, ਅਤੇ ਆਪਾਂ ਚੱਲਦੇ ਹਾਂ ਅੰਦਰ ਜੀ। 5 ਬੈਡਰੂਮ ਦਾ ਹਾਊਸ ਆ ਬਾਈ ਕੋਲ, ਅਤੇ 5 ਬੈਡਰੂਮ ਬਾਈ ਜੀ, ਫੈਮਿਲੀ ਵੱਡੀ ਸੀ ਤਾਂ ਲਿਆ, ਆਏ ਰੱਬਾ ਇੰਨੇ ਦਿਲਦਾਰ ਬੰਦਾ ਕੈਨੇਡਾ ਚ, ਹਾਂਜੀ। ਹੁਣ ਅਸੀਂ 5 ਬੈਡਰੂਮ ਬਾਈ ਦਾ, 1 ਬੈਡਰੂਮ ਆ ਸੇ, ਆਹ ਇੰਟਰ ਹੋਣੇ ਆਪਾਂ, ਜਿੱਦਾਂ ਮੰਮੀ ਦੇ ਮੈਂ ਵੀ ਦੋਨੇ ਗੋਡੇ ਪਵਾਏ, ਹੁਣ ਹੁੰਦੇ ਨੀ ਬਾਈ, ਤੁਹਾਡੀ ਗੱਲ ਜਮਾ ਸਹੀ ਆ, ਆਪਣੀ ਇੱਛਾ ਸੀ ਆਪਾਂ ਨੂੰ ਨਾਲੇ 7.5 ਲੱਖ ਦਾ ਨਾ ਭਾਜੀ, ਘਰ ਕਿੰਨੇ ਦਾ, 7.5 ਥੱਲੇ 2 ਬੈਡਰੂਮ ਆ, ਬਹੁਤ ਵਧੀਆ ਘਰ ਬਣਾਇਆ ਜੀ, ਛੰਡ ਕੱਢੀ ਪਈ ਆ ਬੰਦੇ ਨੇ ਘਰ ਬਣਾਇਆ ਜੀ ਨੇ, ਬੇਸਮੈਂਟ 2 ਬੈਡਰੂਮ ਆ, ਓਕੇ, ਮਤਲਬ ਕਿ ਹੋਈ ਨੀ ਅਜੇ, ਓਕੇ ਠੀਕ ਆ ਜੀ। ਲਓ ਜੀ ਅੱਗੇ ਚੱਲੀਏ ਅਸੀਂ, ਪਿੰਡ ਗੱਲਬਾਤ ਹੋਈ ਪਈ ਆ, ਬ੍ਰੈਂਪਟਨ ਜਾਇਆ ਜਾ ਕਰ, 5 ਬੈਡਰੂਮ ਭਰਾਵਾ 15 ਤੋਂ ਘੱਟ ਦੀ, ਪੱਟਣੇ ਮੈਂ ਗੱਲ, ਸਾਈਡ ਇੰਟਰੈਂਸ ਹੈ, ਸਾਈਡ ਇੰਟਰੈਂਸ ਆ ਭਾਈ, ਆ ਗਏ, ਵੈਰੀ ਇੰਪੋਰਟੈਂਟ ਆ। ਸੋ ਅੱਜ ਥੰਬਨੇਲ ਲਾਉਣਾ 7.5 ਲੱਖ ਦਾ 5 ਬੈਡਰੂਮ, ਸੋ ਇਹ ਬੇਸਮੈਂਟ 'ਚ ਉਤਰਿਆ ਜੀ, ਉਹ ਭਰਾਵਾ ਬੇਸਮੈਂਟ ਇਹ ਜੀ, ਆ ਬੇਸਮੈਂਟ ਦੇਖ ਲਓ, ਬ੍ਰੈਂਪਟਨ ਵਾਲੇ ਆਪਣੇ ਜੂੜ ਵੱਢਦੇ ਕਿਵੇਂ। ਮੈਂ ਕੈਲਗਰੀ 'ਚ ਇੱਕ ਹੋਰ ਗੱਲ ਵੀ ਦੇਖੀ ਆ, ਕਲੋਜ਼ਟ ਵਗੈਰਾ ਥੱਲੇ ਇੰਨੇ ਸੋਹਣੇ, ਨਹੀਂ ਤਾਂ ਥੱਲੇ ਸਾਡੇ ਆਪਣੇ ਬੇਸਮੈਂਟ 'ਚ ਵਿੱਚ ਕੋਈ 4 ਰੂਮ ਹੀ ਨਹੀਂ ਮਿਲਦਾ, ਜੂੜ ਵੱਢਦੇ ਨੇ ਜਮਾ, ਕਿਚਨ ਦੇਖਿਓ ਮਾੜਾ ਜਿਹਾ ਕਿੰਨਾ ਸੋਹਣਾ, ਹਜੇ ਮਤਲਬ ਕਿ ਹਜੇ ਹੋਈ ਨਹੀਂ ਬੁਧੀ ਐਂਡ, ਪਰ ਸਿਰਾ ਬਾਬੇ ਇੰਨੀ ਖੁੱਲ੍ਹੀ ਬੇਸਮੈਂਟ, ਆਪਣੇ ਜੂੜ ਵੀ ਵੱਢਦੇ ਬੇਸਮੈਂਟ ਜਿੱਦਾਂ, ਬਸ ਬਸ ਐਂ ਬੰਨ ਵੇੜ ਦਿਓ, ਇੱਥੇ ਜੋੜੀਆਂ ਜਾੜੀਆਂ, ਫਲੋਰ ਫਲਾਰ ਵੱਡਾ, ਜਾਨੀ ਕਿ ਖੁੱਲ੍ਹੀ ਡੁੱਲੀ ਜਿਹਾ ਹਨਾ, ਤੇ ਬਾਬੇ ਅਟੈਕ ਆਊਗਾ ਜੀ ਮੈਨੂੰ, ਬੇਸਮੈਂਟ ਇਹ ਬ੍ਰੈਂਪਟ, ਇਹ ਮੈਂ ਤਾਂ ਦੱਸਦਾ, ਹਾਂ ਆਪਣੇ ਬ੍ਰੈਂਪਟ ਸਾਡੇ ਜਿੱਦਾਂ ਜੂੜ ਵੱਢਦੇ ਆ ਬੇਸਮੈਂਟਾਂ ਦਾ ਯਾਰ, ਆਹ ਸਟੋਰੇਜ ਆ ਭਾਜੀ ਇੰਨੀ, ਅਸੀਂ ਤਾਂ ਭਰਾਵਾ ਪੌੜੀਆਂ ਪੂੜੀਆਂ ਥੱਲੇ ਪਸਾ ਦਿੰਦੇ ਚੀਜ਼ਾਂ, ਜਾਂ ਜਾਂ ਉਹ ਚੀਜ਼ ਫਰਨਿਸ਼ ਜਿਹਾ ਲੱਗਿਆ ਹੁੰਦਾ, ਇੱਕ ਸਟੋਰੇਜ ਆ ਸੀ ਸਾਡੇ ਤਾਂ ਭਰਾਵਾ, ਇਹ 'ਚ ਰੱਖਦੇ ਨੇ ਬੈਗ, ਇਹਦੇ 'ਚ ਬੈਗ ਰੱਖਦੇ ਨੇ ਇਸ ਤਰ੍ਹਾਂ, ਆ ਇੱਥੇ ਵੀ ਜਗ੍ਹਾ ਬਾਹਲੀ ਆ, ਬਾਹਲੀ ਸਟੋਰੇਜ ਆ, ਇੱਥੇ ਆਪਾਂ ਲਾਂਡਰੀ ਬਣਾਵਾਂਗੇ ਭਾਜੀ, ਜੇ ਆਪਾਂ ਬੇਸਮੈਂਟ ਰੈਂਟ ਤੇ ਦੇਣੀ ਹੋਊਗੀ, ਬਿਲਕੁਲ ਸਰ, ਬਿਲਕੁਲ ਬਣਾ ਲਾ ਪਹਿਲਾਂ, ਸਾਡੇ ਵੱਲੋਂ ਕਰਦੇ ਰੈਂਟ ਤੇ ਮੈਂ ਜਿਹਦਾ ਤੂੰ ਕੋਈ ਨਾ, ਹੋਰ ਬਥੇਰੇ ਸਟੂਡੈਂਟ ਆਪਾਂ ਨੂੰ ਜਾਣਦੇ ਆ ਪਿਆਰ ਘਰ ਨਾਲੇ, ਬਹੁਤ ਮਤਲਬ 1000 ਦੀ ਹੋ ਗਈ ਨਾ ਬਾਈ ਜੀ, ਰੈਂਟ 1000 ਕੁ, 1000 ਹੋ ਗਿਆ, ਓਕੇ ਠੀਕ ਆ ਬਾਈ, ਤੇ ਹੈ ਵੀ ਗੱਡੀ ਵੱਡੀ ਆ, ਚਲੋ ਉੱਪਰ ਚੱਲੀਏ ਹੁਣ ਆਪਾਂ, ਇਹੀ ਘਰ ਬ੍ਰੈਂਪਟਨ 'ਚ 15-16 ਦਾ ਜਿਹੜਾ ਇੱਥੇ 7 ਕੁ ਦਾ, ਅਟੈਕ ਦੇਣਗੇ ਬਾਈ ਅੱਜ,
ਜ਼ੁਲਮ ਕਰੀ ਜਾਂਦਾ ਜਾਵਾਂ ਮਗਰ ਵੀ ਦਿਖਾਉਂਦੇ ਆ ਮਗਰ ਦਿਖਾਉਂਦੇ ਆ ਪਰ ਉੱਪਰ ਚੱਲ ਜਾਵੇ ਪਹਿਲਾਂ ਦੱਸ ਦੱਸ ਦਿਓ ਆਹ ਰਸੋਈ ਆ ਗਈ ਰਸੋਈ 'ਚ ਖੁੱਲ੍ਹੀ ਰਸੋਈ ਖੁੱਲ੍ਹੀ ਡੁੱਲੀ ਆਹ ਸਟੋਰੇਜ ਵਗੈਰਾ ਓਕੇ ਸੋ ਇੱਥੇ ਬੈਠਣ ਨੂੰ ਹੁਣ ਆਪਾਂ ਚੱਲਦੇ ਹਾਂ ਉੱਪਰ ਬਾਈ ਜੀ ਨੇ 2 ਲੱਖ ਡਾਊਨ ਕੀਤਾ ਸੀ ਨਾ ਮੇਰੇ ਖਿਆਲ 2 ਲੱਖ ਕੀਤਾ ਬਾਈ ਡਾਊਨ ਉਹ ਖਵਾਹਿਸ਼ ਹੁੰਦੀ ਆ ਹਾਂ ਉਹੀ ਬਸ ਉਹਨਾਂ ਦੀ ਫਿਰ ਕਿਸ਼ਤ ਉੱਪਰ 2000 ਕਿਸ਼ਤ ਬਣ ਰਹੀ ਆਹ ਬੈਡਰੂਮ ਨੂੰ ਆਹ ਬੈਡਰੂਮ ਹੋ ਗਿਆ ਕੋਈ ਨਾ ਭਾਜੀ ਖੋਲਣ ਨੂੰ ਕੀ ਕੋਈ ਨਾ ਹਾਂ ਬਿਲਕੁਲ ਬਿਲਕੁਲ ਬਾਈ ਜੀ ਸੋ ਇੱਥੇ ਬਹਿ ਕੇ ਟੀਵੀ ਟੂਵੀ ਦੇਖਣ ਕੁਦਰ ਸੋ ਪਹਿਲਾ ਬੈਡਰੂਮ ਆਹ ਵਾਲਾ ਜੀ ਉੱਪਰ ਕਿੱਡੇ ਕਿੱਡੇ ਬੈਡਰੂਮ ਭਰਾ ਬਸ ਵਧੀਆ ਇੱਧਰ ਭਾਜੀ ਕਲੋਜ਼ਟ ਹੀ ਬੜੀ ਘੈਂਟ ਆ ਇੱਥੋਂ ਹੋ ਗਿਆ ਬਾਹਰ ਦਾ ਵਿਊ ਦੇਖਣਾ ਭਾਜੀ ਤੁਸੀਂ ਗੈਲਰੀ ਦੇ ਘਰ ਦੇਖਣੇ ਹੈ ਚਲੋ ਜੀ ਸੋਹਣਾ ਭਾਜੀ ਸੋਹਣਾ ਬਹੁਤ ਸੋਹਣਾ ਮਾੜਾ ਭਰ ਕੇ ਬ੍ਰੈਂਪਟਨ 5 ਬੈਡਰੂਮ ਕਿੰਨੇ ਦਾ ਹੋਊ ਫਿਰ ਅੱਛਾ 2 ਬੈਡਰੂਮ ਹੀ ਲੱਭਣਾ ਛੋਟਾ ਜਿਹਾ ਬਾਥਰੂਮ ਕਮਰੇ ਚ ਜਾ ਵੜੇ ਮਤਲਬ ਇੱਕ ਟਾਈਮ ਦਾ ਫੁੱਟਬਾਲ ਵੀ ਖੇਡ ਸਕਦਾ ਅੱਜ ਕੂਜੀ ਆ ਕੀ ਹੁੰਦਾ ਨਾ ਭਾਜੀ ਪੂਰੀ ਮੈਂ ਕਹਿੰਦਾ ਗੱਲ ਬਾਤ ਬਣਾਈ ਪਈ ਜੱਟਾ ਸਹੀ ਆ ਬਾਈ ਬਹੁਤ ਸੋਹਣਾ ਬਾਕੀ ਮਿਹਨਤ ਤੇਰੀ ਤੂੰ ਕਰੀ ਬੈਠਾ ਬੇਸਮੈਂਟ ਨੀ ਕਲੀਨ ਵਰਗੇ ਤੂੰ ਕਾਤੀ ਵਰਗੇ ਤੂੰ ਹਾਂ ਸਹੀ ਆ ਬਾਈ ਸਹੀ ਆ ਬੈਗ ਚੜ ਦੇਖ ਲਓ ਜੁਣ ਹਾਂ ਨੀ ਭਾਜੀ ਬਹੁਤ ਸੋਹਣਾ ਬਹੁਤ ਸੋਹਣਾ ਹੁਣ ਆਪਾਂ ਮਾੜਾ ਬੈਗ ਚੱਲਦੇ ਹਾਂ ਬੈਗ ਚੜ ਚ ਥੰਬ ਨੇ ਲੈਣਾ ਓਕੇ ਖੇਡਣ ਖੁਡਣ ਨੂੰ ਜਵਾਕਾਂ ਦੇ ਬੈਠਣ ਨੂੰ ਆਪਣੇ ਹਨਾ ਝੂਲੇ ਝਾਲੇ ਤੁਸੀਂ ਲਾ ਸਕਦੇ ਹੋ ਬਹੁਤ ਸੋਹਣਾ ਬਈ ਕੈਲਗਰੀ ਦੇ ਜਿੱਦਾਂ ਘਰ ਹਨਾ ਤੇ ਪਿੱਛੋਂ ਦੀ ਬਹੁਤ ਮੌਸਮ ਦੇਖੋ ਹਵਾ ਇੰਨੀ ਕੁ ਚੱਲਦੀ ਹੈ ਇੱਥੇ ਟੈਂਪਰੇਚਰ ਹੈਗਾ 10 ਕੁ ਟੈਂਪਰੇਚਰ ਵਧੀਆ ਮਿੱਠਾ ਮਿੱਠਾ ਜਿਹਾ ਮੌਸਮ ਆ ਅਤੇ ਇੱਥੋਂ ਘਰ ਦਾ ਬੈਕ ਵਿਊ ਆਹ ਸੀ ਅਤੇ 5 ਬੈਡਰੂਮ ਆ ਬਾਈ ਬਰੈਂਪਟਨ ਦਾ ਹੁਣ ਦੇਖੋ ਕੀ ਹਿਸਾਬ ਕਿਤਾਬ ਮੇਨ ਓਬਜੈਕਸ਼ਨ ਆਹੀ ਆ ਬਈ ਸਿਆਲਾਂ 'ਚ ਇੱਥੇ ਬਹੁਤ ਬੁਰਾ ਹਾਲ ਆ ਪਰ ਇਹ ਵੀ ਬਾਈ ਰਹੀ ਜਾਂਦੇ ਹਨਾ ਇੱਥੇ ਚਾਰ 12-12 ਸਾਲ ਹੋ ਗਏ ਇਹਨਾਂ ਨੂੰ ਡਿਸੀਜਨ ਤੁਹਾਡਾ ਬਈ ਰਹਿਣਾ ਆਉਣਾ ਪਰ ਆਹ ਜੇ ਹੁਣ ਸਾਡੇ ਤਾਂ ਸਾਈਡਾਂ 'ਤੇ ਵੀ ਇੰਨਾ ਬਹੁਤ ਖੁੱਲ੍ਹੀ ਥਾਂ ਅਤੇ ਹੁਣ ਫਰੰਟ 'ਤੇ ਦਿਖਾਉਂਦੇ ਤੁਹਾਨੂੰ ਜਾ ਕੇ ਸੋ ਹੁਣ ਆਪਾਂ ਬਾਹਰ ਚੱਲਦੇ ਹਾਂ ਇੱਥੇ ਜਿੱਦਾਂ ਆਪਾਂ ਸ਼ੂ ਲਾ ਤੇ ਪਾ ਲਏ ਐਂਟਰੈਂਸ ਓਕੇ ਸੋ 2 ਗੱਡੀਆਂ ਦੀ ਪਾਰਕਿੰਗ ਫਰੰਟ 'ਤੇ ਆ ਸਾਰਾ ਵਿਊ ਆ ਘਰਾਂ ਦਾ ਬਾਈ ਇਹਦੇ ਗਲੀਆਂ ਬਹੁਤ ਖੁੱਲ੍ਹੀਆਂ ਯਾਰ ਸਾਈਡ 'ਤੇ ਸਟਰੀਟ ਪਾਰਕਿੰਗ ਕਰਕੇ ਵੀ ਗੱਡੀ ਈਜ਼ੀ ਲੰਘ ਜਾਂਦੀ ਹੈ ਸੋ ਬਹੁਤ ਸੋਹਣਾ ਬਾਈ ਘੈਂਟ ਗੱਲਬਾਤ ਸੋ ਆ ਸੀ ਜੀ ਆਏਗਾ ਫਰੰਟ ਵਿਊ ਘੈਂਟ ਆ ਨਾ ਕੰਮ ਬਾਕੀ ਕੈਲਗਰੀ ਬਾਰੇ ਹੋਰ ਜਿੱਦਾਂ ਸਟੂਡੈਂਟ ਲਾਈਫ ਬਾਰੇ ਪਹਿਲਾਂ ਵੀ ਮੈਂ ਵੀਡੀਓ ਪਾਈ ਹੋਈ ਆ ਪਲੇ ਲਿਸਟ 'ਚ ਜਾ ਕੇ ਜ਼ਰੂਰ ਦੇਖਿਓ ਬਾਈ ਸ਼ਾਂਤੀ ਬਹੁਤ ਆ ਇੱਥੇ ਉਹ ਚਹਿਲ ਪਹਿਲ ਉਹ ਨਹੀਂ ਹੈਗਾ ਆਪਾਂ ਹੈਗਾ ਰੈੱਡ ਸਟੋਨ ਏਰੀਆ ਮੇਰੇ ਖਿਆਲ 'ਚ ਇਹੀ ਆ ਸੋ ਘੈਂਟ ਆ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਹੋਪ ਕਰਦਾ ਤੁਹਾਨੂੰ ਸਾਰੀ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਮੇਰੀਆਂ
ਤੇ ਮੇਰਾ ਆਹੀ ਹੁੰਦਾ ਭਰਾਵਾ ਮੇਰੇ ਤੋਂ ਬਾਹਲੇ ਗ੍ਰਾਫਿਕ ਗਰੂਫ ਨਹੀਂ ਪਾਈਦੇ ਸਿੱਧੀ ਸਿੰਪਲ ਵੀਡੀਓ ਬਣਦੀ ਹੈ ਇੰਸਟਾਗ੍ਰਾਮ ਸਨੈਪਚੈਟ 'ਤੇ ਦੇਖ ਲਿਓ ਫੋਲੋ ਕਰਨਾ ਮਰਜ਼ੀ ਤੁਹਾਡੀ ਸਬਸਕ੍ਰਾਈਬ ਕਰਨਾ ਤੁਹਾਡੀ ਮਰਜ਼ੀ ਆਪਣਾ ਕੰਮ ਵੀਡੀਓ ਪਾਉਣੀ ਲਵ ਜੂ ਸਾਰਿਆਂ ਨੂੰ ਬਾਏ ਬਾਏ।